ਕਿ ਰਿਪੋਰਟ ਆਉਂਦੇ ਦਿਨਾਂ 'ਚ ਹੋ ਸਕਦੀ ਹੈ, ਜਨਤਕ ਪਈ ਕਿੱਥੇ ਆ, ਉਹ ਕਿਉਂ ਨਹੀਂ ਜਨਤਕ ਕੀਤੀ ਜਾ ਰਹੀ? ਜਿਹੜੇ ਲੋਕ ਆ ਉਹ ਚਾਹੁੰਦੇ ਆ ਕਿਸੇ ਕੰਡੇ ਗੱਲ ਲੱਗ ਜਾਏ, ਪਰ ਸਰਕਾਰ ਜਿੱਦਾਂ ਦੇ ਆਪਾਂ ਸਾਰਾ ਇਹ ਤਾਣਾ ਬਾਣਾ ਦੇਖ ਲਈਏ, ਸਰਕਾਰ ਦੀ ਇਹ ਮਨਸ਼ਾ ਨਹੀਂ ਲੱਗਦੀ ਹੈ। ਮੈਨੂੰ ਇਹ ਲੱਗਦਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਉਨੀ ਕੁ ਰਾਹਤ ਮਿਲ ਜਾਣੀ ਆ ਜਿੰਨੀ ਸੁਨੀਲ ਸੈਣੀ ਨੂੰ ਮਿਲੀ ਸੀ। ਸੀ ਐਮ ਚੰਨੀ ਤਾਂ ਗੱਲ ਪਹੁੰਚਾਈ ਗਈ ਆਪਣੇ ਵਿੱਚ ਗੱਲ ਕਰਕੇ, ਹਾਂਜੀ, ਕਿ ਸੀ ਐਮ ਸਾਹਿਬ ਨੂੰ ਕਹੋ ਕਿ ਇੱਕ ਨਵਾਂ ਮਹਿਕਮਾ ਬਣਾ ਦਿੱਤਾ ਜਾਵੇ। ਸਾਹਿਬ ਜੇ ਮੰਨ ਲਓ 100% ਐਲਾਨ ਨੇ ਜਿਹੜੇ ਚੰਨੀ ਸਾਹਿਬ ਦੇ, ਉਹਨਾਂ ਵਿੱਚੋਂ ਕਿੰਨੇ ਕੁ ਫੀਸਦੀ ਹੋ ਰਹੇ ਨੇ ਪੂਰੇ? ਸਤਿ ਸ਼੍ਰੀ ਅਕਾਲ ਜੀ, ਦਾ ਖਾਲਸ ਟੀ ਵੀ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ ਖਾਸ ਪ੍ਰੋਗਰਾਮ ਖਾਲਸ ਚਰਚਾ ਦੇ ਵਿੱਚ। ਚਰਚਾ ਦੇ ਨਾਲ ਮੈਂ ਹਰਸ਼ਰਨ ਕੌਰ ਅਤੇ ਮੇਰੇ ਨਾਲ ਸਾਡੇ ਸਹਿਯੋਗੀ ਅਤੇ ਸੀਨੀਅਰ ਪੱਤਰਕਾਰ ਕਮਲਜੀਤ ਸਿੰਘ ਮਨਵੈਤ ਨੇ। ਮਨਵੈਤ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਮੇਰੇ ਦਰਸ਼ਕੋ, ਤੁਹਾਨੂੰ ਸਾਡੇ ਪ੍ਰੋਗਰਾਮ ਦਿਲੋਂ ਜੀ ਆਇਆਂ। ਸੋ ਪੰਜਾਬ ਦੀ ਸਿਆਸਤ ਹੈ ਜਿਹੜੀ ਉਹ 2022 ਦੀਆਂ ਚੋਣਾਂ ਨੂੰ ਲੈ ਕੇ ਲਗਾਤਾਰ ਭੱਖੀ ਹੋਈ ਹੈ। ਮੁੱਖ ਮੰਤਰੀ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਅੱਜ ਲੁਧਿਆਣੇ ਪਹੁੰਚੇ ਹੋਏ ਨੇ ਤਾਂ ਮੋਗਾ ਦੇ ਵਿੱਚ ਅਰਵਿੰਦ ਕੇਜਰੀਵਾਲ ਪਹੁੰਚ ਗਏ ਨੇ, 2 ਦਿਨਾਂ ਦੌਰੇ 'ਤੇ ਪੰਜਾਬ ਪਹੁੰਚੇ ਨੇ। ਇਸ ਦਰਮਿਆਨ ਉਹਨਾਂ ਨੇ ਜੋ ਸੰਬੋਧਨ ਕੀਤਾ ਹੈ ਉਹਦੇ ਵਿੱਚ ਮੁੱਖ ਮੰਤਰੀ ਚੰਨੀ 'ਤੇ ਬੜੇ ਨਿਸ਼ਾਨੇ ਲਾਏ ਹੈਗੇ ਨੇ, ਮਾਫੀਆ ਨੂੰ ਲੈ ਕੇ ਨਿਸ਼ਾਨੇ ਲਾਏ ਨੇ ਕਿ ਜਿਹੜਾ ਰੇਤ ਮਾਫੀਆ ਹੈ ਚਾਹੇ ਟਰਾਂਸਪੋਰਟ ਮਾਫੀਆ, ਉਹ ਮੁੱਖ ਮੰਤਰੀ ਜੀ ਦੇ ਆਲੇ ਦੁਆਲੇ ਘੁੰਮਦਾ ਰਹਿੰਦਾ। ਨਾਲ ਹੀ ਇਨਡਾਇਰੈਕਟਲੀ ਵੀ ਨਿਸ਼ਾਨੇ ਲਾਏ ਨੇ, ਨਾਮ ਨਹੀਂ ਲਿਆ, ਪਰ ਕਹਿੰਦੇ ਪੰਜਾਬ ਦੇ ਵਿੱਚ ਨਕਲੀ ਕੇਜਰੀਵਾਲ ਘੁੰਮ ਰਿਹਾ, ਮੈਂ ਜਿਹੜਾ ਵੀ ਵਾਅਦਾ ਪੰਜਾਬੀਆਂ ਨਾਲ ਕਰਕੇ ਜਾਂਦਾ ਉਸ ਤੋਂ 2 ਦਿਨ ਬਾਅਦ ਉਹੀ ਵਾਅਦਾ ਜਿਹੜਾ ਕਰ ਦਿੱਤਾ ਜਾਂਦਾ। ਆਮ ਆਦਮੀ ਪਾਰਟੀ ਦਾ ਜਿਹੜਾ ਟੈਗ ਹੈ ਉਹ ਵੀ ਉਹਨਾਂ ਨੇ ਲੈ ਲਿਆ, ਯਾਨੀ ਕਿ ਮੁੱਖ ਮੰਤਰੀ ਚੰਨੀ 'ਤੇ ਨਿਸ਼ਾਨੇ ਲਾਏ ਨੇ। ਰੇਤ ਮਾਫੀਆ ਦੀ ਜਿਹੜੀ ਗੱਲ ਕੀਤੀ ਹੈ ਉਸ 'ਤੇ ਆਪਾਂ ਜਿਹੜਾ ਗੱਲ ਕਈ ਵਾਰੀ ਕਰ ਚੁੱਕੇ ਹੈਗੇ ਹਾਂ, ਅਤੇ ਇੱਕ ਜਿਹੜਾ ਡਰੱਗ ਮਾਫੀਆ ਹੈਗਾ, ਡਰੱਗ ਮਾਫੀਆ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਗੱਲਬਾਤ ਕਰਦੇ ਰਹਿੰਦੇ ਨੇ। ਇਹ ਨਸ਼ਿਆਂ ਨੂੰ ਲੈ ਕੇ ਜਿਹੜੀ STF ਨੇ ਸਪੈਸ਼ਲ ਟਾਸਕ ਫੋਰਸ ਜਿਹੜੀ ਬਣਾਈ ਹੋਈ ਸੀ, ਉਸ ਨੇ ਜਿਹੜੀ ਰਿਪੋਰਟ ਤਿਆਰ ਕੀਤੀ ਹੈ 2.5 ਸਾਲ ਪਹਿਲਾਂ, ਉਹ ਹਾਲੇ ਤੱਕ ਅਦਾਲਤ ਦੱਬੀ ਬੈਠੀ ਹੈ ਜਾਂ ਸਰਕਾਰ ਦੱਬੀ ਬੈਠੀ ਹੈ, ਇਸ ਗੱਲ ਤੋਂ ਆਪਾਂ ਅੱਜ ਪਰਦਾ ਚੁੱਕਣ ਦੀ ਕੋਸ਼ਿਸ਼ ਕਰਾਂਗੇ। ਕਿਉਂਕਿ ਪਿਛਲੇ ਦਿਨੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀਗਾ ਕਿ ਪੰਜਾਬ ਸਰਕਾਰ ਦੇ ਕੋਲ ਉਹ ਰਿਪੋਰਟ ਪਈ ਹੈ, ਅਦਾਲਤ ਦੇ ਵਿੱਚ ਤਾਂ ਉਹ ਰਿਪੋਰਟ ਹੀ ਹੈ ਨਹੀਂ। ਅਤੇ ਹੁਣ ਜਿਹੜੀਆਂ ਇਹ ਗੱਲਾਂ ਨਿਕਲ ਰਹੀਆਂ ਨੇ ਕਿ ਪੰਜਾਬ ਸਰਕਾਰ ਚਾਹਵੇ ਤਾਂ ਉਸ ਰਿਪੋਰਟ ਨੂੰ ਜਨਤਕ ਕਰ ਸਕਦੀ ਹੈ, ਪਰ ਕੀ ਕਾਰਨ ਹੈ ਕਿ ਸਰਕਾਰ ਹੈ ਜਿਹੜੀ ਉਹ ਕਾਂਗਰਸ ਦੀ ਹੈ, ਜੇ ਉਸ ਰਿਪੋਰਟ ਦੇ ਵਿੱਚ ਕੋਈ ਲਪੇਟਿਆ ਜਾ ਰਿਹਾ ਤਾਂ ਉਹ ਅਕਾਲੀ ਲੀਡਰਾਂ ਦੀ ਗੱਲ ਹੋ ਰਹੀ ਹੈ ਕਥਿਤ ਤੌਰ 'ਤੇ ਕਿ ਇੱਕ ਅਕਾਲੀ ਲੀਡਰਾਂ ਦੇ ਨਾਮ ਹੈਗੇ ਨੇ, ਤਾਂ ਫਿਰ ਕਿਉਂ ਸਰਕਾਰ ਉਸ ਰਿਪੋਰਟ ਨੂੰ ਜਨਤਕ ਨਹੀਂ ਹੋਣ ਦੇ ਰਹੀ? ਐਸਾ ਕੀ ਹੈ, ਉਹ ਰਿਪੋਰਟ ਜਨਤਕ ਹੋਵੇਗੀ ਜਾਂ ਫਿਰ ਇਸ ਤਰ੍ਹਾਂ ਹੀ ਇਹ ਸਰਕਾਰ ਹੈ ਜਿਹੜੀ ਇਹਦਾ ਵੀ ਕਾਰਜਕਾਲ ਖਤਮ ਹੋ ਜੂਗਾ ਅਤੇ ਰਿਪੋਰਟ ਉਸੇ ਤਰ੍ਹਾਂ ਬੰਦ ਰਹਿ ਜੂਗੀ? ਸੋ ਇਹਨਾਂ ਸਾਰੀਆਂ ਗੱਲਾਂ 'ਤੇ ਚਰਚਾ ਕਰਾਂਗੇ। ਮਨਵੈਤ ਸਾਹਿਬ, ਜਿਹੜੀ ਰਿਪੋਰਟ ਹੈਗੀ ਹੈ ਡਰੱਗ ਰਿਪੋਰਟ ਹੈ, ਉਸ ਦੇ ਬਾਰੇ ਨਵਜੋਤ ਸਿੰਘ ਸਿੱਧੂ ਨੇ ਪਿਛਲੇ ਦਿਨ ਹੀ ਕਿਹਾ ਸੀ ਕਿ ਉਹ ਸਰਕਾਰ ਦੇ ਕੋਲ ਪਈ ਹੈ, ਆਪਣੇ ਕੋਲ ਕੀ ਖਬਰ ਹੈਗੀ ਹੈ ਕਿ ਰਿਪੋਰਟ ਆਉਂਦੇ ਦਿਨਾਂ 'ਚ ਹੋ ਸਕਦੀ ਹੈ, ਜਨਤਕ ਪਈ ਕਿੱਥੇ ਆ, ਉਹ ਕਿਉਂ ਨਹੀਂ ਜਨਤਕ ਕੀਤੀ ਜਾ ਰਹੀ? ਤੁਹਾਡੇ ਧਿਆਨ 'ਚ ਹੋਣਾ ਜਦੋਂ 2016 ਇਲੈਕਸ਼ਨ ਹੋਈਆਂ ਸੀ ਨਾ ਜੀ, ਜੀ ਉਸ ਵੇਲੇ ਅਰਵਿੰਦ ਕੇਜਰੀਵਾਲ ਨੇ ਇੱਕ ਬਿਆਨ ਦਿੱਤਾ ਸੀਗਾ ਕਿ 11 ਮਾਰਚ ਤੱਕ ਅਕਾਲੀਆਂ ਦੀ ਸਰਕਾਰ ਆ, 12 ਮਾਰਚ ਨੂੰ ਮਜੀਠੀਆ ਅੰਦਰ ਹੋਊਗਾ ਜੀ। ਇਹੀ ਬਿਆਨ ਜਿਹੜਾ ਨਾ ਉਸ ਵੇਲੇ ਦਿੱਤਾ ਸੀ ਕਾਂਗਰਸੀਆਂ ਨੇ, ਬਿਲਕੁਲ, ਕਿ ਜਿਸ ਦਿਨ ਜਿਹੜੀ ਅਕਾਲੀਆਂ ਦੀ ਸਰਕਾਰ ਖਤਮ ਹੋ ਗਈ ਉਦੋਂ 1 ਹਫ਼ਤੇ ਦੇ ਅੰਦਰ ਜਿਹੜਾ ਆ ਮਜੀਠੀਆ ਸੀ 3 ਦਿਨਾਂ, ਇਹ ਜਿਹੜੇ ਇਸ ਤਰ੍ਹਾਂ ਦੇ ਬਿਆਨ ਦਿੱਤੇ ਗਏ ਸੀਗੇ, ਬਿਲਕੁਲ। ਉਸ ਤੋਂ ਬਾਅਦ ਕੇਜਰੀਵਾਲ ਸਾਹਿਬ ਤਾਂ ਮਾਫ਼ੀ ਮੰਗ ਗਏ ਮਜੀਠੀਆ ਜੀ ਜੀ, ਪਰ ਹੁਣ ਤੱਕ ਕੁਝ ਵੀ ਜਿਹੜਾ ਮਜੀਠੀਆ ਦਾ ਵਿਗੜਿਆ ਨਹੀਂ ਹੈ। ਮੈਂ ਸੰਖੇਪ 'ਚ ਇਹ ਕਹਿੰਦਾ ਕਿ ਜਿਹੜੇ ਲੋਕ ਆ ਉਹ ਚਾਹੁੰਦੇ ਆ ਕਿਸੇ ਕੰਡੇ ਗੱਲ ਲੱਗ ਜਾਏ, ਪਰ ਸਰਕਾਰ ਜਿੱਦਾਂ ਦੇ ਆਪਾਂ ਸਾਰਾ ਇਹ ਤਾਣਾ ਬਾਣਾ ਦੇਖ ਲਈਏ, ਸਰਕਾਰ ਦੀ ਇਹ ਮਨਸ਼ਾ ਨਹੀਂ ਲੱਗਦੀ ਹੈ। ਆਪਾਂ ਜੇ ਇੱਥੇ ਥੋੜ੍ਹਾ ਵਿਸਥਾਰ 'ਚ ਜਾਈਏ ਤਾਂ ਇਹ ਜਿਹੜੀ ਰਿਪੋਰਟ ਆਪਾਂ ਕਹਿੰਦੇ ਹਾਂ ਹਾਈ ਕੋਰਟ 'ਚ ਪਈ ਆ ਜੀ, ਇਹ ਹਰਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਵਿੱਚ SIT ਨੇ ਤਿਆਰ ਕੀਤੀ ਸੀ ਜੀ, ਬਿਲਕੁਲ ਕੀਤੀ ਸੀ। ਅਤੇ ਉਹ 'ਚ ਕਿਹਾ ਜਾਂਦਾ ਕਿ ਉਹ 'ਚ ਜਿਹੜਾ ਸਾਰਾ ਕੁਝ ਆ ਉਹਦਾ ਜਿਹੜਾ ਹੈਗਾ ਕਿ ਮਜੀਠੀਆ ਜਿਹੜਾ ਆ ਉਹ ਉਹਨਾਂ ਦਾ ਸਰਗਣਾ ਸੀਗਾ, ਕੁਝ ਅਜਿਹੀਆਂ ਗੱਲਾਂ ਚੱਲਦੀਆਂ, ਪਰ ਰਿਪੋਰਟ ਅਸਲ ਵਿੱਚ ਅੱਜ ਤੱਕ ਖੁੱਲ੍ਹੀ ਨਹੀਂ, ਦੇਖੀ ਕਿਸੇ ਨੇ ਨਹੀਂ। ਪਰ ਸਾਡੇ ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਆ ਉਹਨਾਂ ਦੀ ਜਿਹੜੀ ਪਤਨੀ ਆ ਨਵਜੋਤ ਕੌਰ ਸਿੱਧੂ, ਵੈਸੇ ਦੇਖੋ ਦੋਨਾਂ ਦਾ ਨਾਂ ਵੀ ਨਵਜੋਤ ਕੌਰ ਅਤੇ ਸਿੰਘ ਆ, ਪਰ ਦੋਨਾਂ ਦਾ ਸੁਭਾਅ ਵੀ ਵੈਸੇ ਇੱਕੋ ਤਰ੍ਹਾਂ ਦਾ ਹੀ ਆ, ਹਾਂਜੀ ਹਾਂਜੀ। ਅਤੇ ਉਹ ਉਹਨਾਂ ਨੇ ਇਹ ਜ਼ਰੂਰ ਪਿੱਛੇ ਬਿਆਨ ਦਿੱਤਾ ਕਿ ਮੈਂ ਰਿਪੋਰਟ ਪੜ੍ਹੀ ਹੋਈ ਆ, ਸੋ ਜੇ ਰਿਪੋਰਟ ਉਹਨਾਂ ਨੇ ਪੜ੍ਹੀ ਹੋਈ ਆ ਤਾਂ ਉਹਨਾਂ ਦੇ ਪਤੀ ਨੇ ਕੁਦਰਤ ਪੜ੍ਹੀ ਹੋਊਗੀ ਜਾਂ ਸਰਕਾਰ ਨੇ ਪੜ੍ਹੀ ਹੋਊਗੀ, ਬਿਲਕੁਲ। ਜਿਹੜੀ ਆਪਾਂ ਅਸਲ ਗੱਲ ਆਈਏ ਇਹ ਕਿ ਜਿਹੜੀ ਰਿਪੋਰਟ ਆ ਜਦੋਂ SIT ਵੱਲੋਂ ਤਿਆਰ ਕੀਤੀ ਗਈ ਆ
ਤਾਂ ਰਿਪੋਰਟ ਐਸਆਈਟੀ ਨੇ ਪੰਜਾਬ ਸਰਕਾਰ ਨੂੰ ਸੌਂਪੀ ਸੀ ਜੀ, ਉਹਦੀ ਇੱਕ ਕਾਪੀ ਹਾਈ ਕੋਰਟ 'ਚ ਆ ਜੀ। ਇਹੋ ਜਿਹੀ ਗੱਲ ਨਹੀਂ ਹੈਗੀ ਕਿ ਜਿਹੜੀ ਰਿਪੋਰਟ ਆ ਉਹ ਸਿਰਫ ਹਾਈ ਕੋਰਟ ਵਿੱਚ ਆ, ਸ਼ਾਇਦ ਇਹ ਪਿੱਛੇ ਜਿਹੇ ਕਈ ਲੋਕਾਂ ਦੇ ਮਨ ਇਹ ਭੁਲੇਖਾ ਹੁੰਦਾ ਕਿ ਰਿਪੋਰਟ ਜਿਹੜੀ ਉਹ ਹਾਈ ਕੋਰਟ 'ਚ ਪਈ ਆ, ਹਾਈ ਕੋਰਟ ਨੇ ਖੋਲਣੀ ਆ, ਪਰ ਰਿਪੋਰਟ ਉਹ ਪੰਜਾਬ ਸਰਕਾਰ ਕੋਲ ਪਈ ਆ ਜੀ। ਮੈਂ ਜਿਹੜੇ ਕੇਸ ਇਹ ਲੜ ਰਹੇ ਆ ਇੱਕ ਮਨੁੱਖੀ ਅਧਿਕਾਰ ਦੇ ਵਕੀਲ, ਉਹਨਾਂ ਨਾਲ ਗੱਲ ਵੀ ਕੀਤੀ ਆ, ਉਹਨਾਂ ਨੇ ਇਹ ਕਿਹਾ ਕਿ ਇਹ ਕਿਤੇ ਵੀ ਹਾਈ ਕੋਰਟ ਦੀ ਜਿਹੜੀ ਪ੍ਰੋਸੀਡਿੰਗਸ ਆ ਉਹ ਤਾਂ ਕਿਤੇ ਵੀ ਨਹੀਂ ਆਇਆ ਕਿ ਇਹ ਰਿਪੋਰਟ ਜਿਹੜੀ ਆ ਸਰਕਾਰ ਨਹੀਂ ਖੋਲ ਸਕਦੀ, ਰਿਪੋਰਟ 'ਤੇ ਪਾਬੰਦੀ ਆ ਖੋਲਣ ਦੀ। ਸੋ 4.5 ਸਾਲ ਕੈਪਟਨ ਅਮਰਿੰਦਰ ਸਿੰਘ 'ਤੇ ਆਪਾਂ ਇਹ ਇਲਜ਼ਾਮ ਲਾਉਂਦੇ ਰਹੇ ਹਾਂ ਕਿ ਰਿਪੋਰਟ ਖੋਲੀ ਨਹੀਂ ਹੈ, ਬਚਾਉਂਦੇ ਰਹੇ ਆ, ਪਰ ਹੁਣ ਵੀ ਜਿਹੜੇ 2 ਮਹੀਨੇ ਆ ਉਹ ਤੋਂ ਉੱਪਰ ਸਮਾਂ ਹੋ ਗਿਆ, ਰਿਪੋਰਟ ਹੁਣ ਵੀ ਨਹੀਂ ਖੋਲੀ ਗਈ ਜੀ। ਤੇ ਮੈਨੂੰ ਐਸਾ ਵੀ ਬੜੀ ਹੈਰਾਨੀ ਦੀ ਗੱਲ ਹੈ ਕਿ ਹੁਣ ਤੱਕ ਜਿਹੜੀਆਂ ਆਪਾਂ ਕਹਿ ਸੁਣਵਾਈਆਂ ਹੁੰਦੀਆਂ ਨੇ ਇਸ ਚੀਜ਼ ਨੂੰ ਲੈ ਕੇ, ਫਿਰ ਹਰ ਵਾਰੀ ਇਹ ਹੁੰਦਾ ਕਿ ਅੱਜ ਰਿਪੋਰਟ ਖੁੱਲੂਗੀ, ਇਸ ਸੁਣਵਾਈ ਦੇ ਵਿੱਚ ਰਿਪੋਰਟ ਖੁੱਲੂਗੀ, ਤੇ ਪੰਜਾਬ ਸਰਕਾਰ ਨੂੰ ਦਿੱਕਤ ਕੀ ਹੈ ਰਿਪੋਰਟ ਖੋਲਣ ਦੇ ਵਿੱਚ, ਮੈਨੂੰ ਉੱਥੇ ਅਦਾਲਤ ਦੇ ਵਿੱਚ ਪੇਸ਼ ਕਰਨ ਦੇ ਵਿੱਚ? ਮੈਨੂੰ ਇਹ ਲੱਗਦਾ ਕਿ ਬਿਕਰਮ ਸਿੰਘ ਮਜੀਠੀਆ ਨੂੰ 19 ਕੁ ਰਾਹਤ ਮਿਲ ਜਾਣੀ ਆ ਜਿੰਨੀ ਸੁਮੇਧ ਸੈਣੀ ਨੂੰ ਮਿਲੀ ਸੀ। ਅੱਛਾ ਜੀ, ਕਿਉਂਕਿ ਜਿਹੜਾ ਕੇਸ ਆ ਨਾ ਜੀ ਬਿਲਕੁਲ ਉਸੇ ਅਲੀ 'ਤੇ ਚੱਲ ਰਿਹਾ ਜੀ। ਜੇ ਆਪਾਂ ਗੱਲ ਕਰੀਏ ਇਹ ਕਿ ਪਿੱਛੇ ਜਿਹੇ ਜਿਹੜਾ ਇੱਕ ਜੱਜ ਕੇਸ ਦੀ ਸੁਣਵਾਈ ਕਰ ਰਿਹਾ ਸੀਗਾ, ਉਹਨੇ ਕੇਸ ਦੀ ਸੁਣਵਾਈ ਕਰਨ ਤੋਂ ਨਾ ਕਰਤੀ, ਹੁਣ ਜਦੋਂ 18 ਨਵੰਬਰ ਨੂੰ ਸੁਣਵਾਈ ਸੀਗੀ ਤਦ ਇੱਕ ਦਿਨ ਪਹਿਲਾਂ ਬਿਕਰਮ ਸਿੰਘ ਮਜੀਠੀਆ ਨੇ ਇਹ ਅਰਜ਼ੀ ਪਾਤੀ ਅਦਾਲਤ ਵਿੱਚ ਕਿ ਕਿਉਂਕਿ ਇਲੈਕਸ਼ਨ ਅੱਗੇ ਆ ਰਹੀਆਂ, ਉਹ ਤੋਂ ਪਹਿਲਾਂ ਮੈਨੂੰ ਬਦਨਾਮ ਕਰਨ ਲਈ ਇਹ ਕੁਝ ਕੀਤਾ ਜਾ ਰਿਹਾ ਸਿਆਸੀ ਲਾਹਾ ਲੈਣ ਲਈ, ਬਿਲਕੁਲ ਇਹੋ ਜਿਹੀ ਅਰਜ਼ੀ ਜਿਹੜੀ ਆ ਉਹ ਸਮੇਧ ਸਿੰਘ ਨੇ ਪਾਈ ਸੀਗੀ ਜੀ। ਉਸ ਸਮੇਧ ਸਿੰਘ ਦੀ ਅਰਜ਼ੀ 'ਤੇ ਹੋ ਗਿਆ ਸੀ ਕਿ 2022 ਦੀਆਂ ਚੋਣਾਂ ਤੱਕ ਉਹਨੂੰ ਬਲੈਂਕਟ ਬੇਲ ਦਿੱਤੀ ਗਈ। ਹੁਣ ਆਪਾਂ ਜੇ ਗੱਲ ਕਰ ਲਈਏ ਮਜੀਠੀਆ ਦੀ, ਤਾਂ ਮਜੀਠੀਆ ਉੱਤੇ ਵੀ ਇਹੀ ਆ ਕਿ ਪਹਿਲੀ ਗੱਲ ਤਾਂ ਇਹ ਕਿ ਜਿਹੜੀ ਮਜੀਠੀਆ ਨੇ ਐਪਲੀਕੇਸ਼ਨ ਦਿੱਤੀ ਆ ਉਹ 18 ਨਵੰਬਰ ਨੂੰ ਵਿਚਾਰੇ ਨਹੀਂ ਹੋਇਆ, ਜਿਹੜੀ ਡੇਟ ਆ ਉਹ 6 ਪਾਤੀ ਗਈ। ਫਿਰ ਹੁਣ ਜਿਹੜਾ ਨਵਾਂ ਬੈਂਚ ਬਣਨਾ, ਫਿਰ ਜੇ ਨਵਾਂ ਬੈਂਚ ਬਣ ਜਾਂਦਾ ਉਦੋਂ ਬਾਅਦ 2-3 ਤਰੀਕਾਂ ਤਾਂ ਲੰਘ ਜਾਣੀਆਂ ਕਿ ਮਜੀਠੀਆ ਦੀ ਅਰਜ਼ੀ ਦੇ ਜਿਹੜੇ ਉਹ 'ਤੇ ਵਿਚਾਰ ਕਰਨਾ ਕਿ ਨਹੀਂ ਕਰਨਾ। ਸੋ ਇਹਦਾ ਮਤਲਬ ਇਹ ਹੋਇਆ ਕਿ ਜੇ 2-3 ਤਰੀਕਾਂ ਪੈ ਗਈਆਂ ਤਾਂ ਦਸੰਬਰ ਦਾ ਅੰਤ ਜਨਵਰੀ ਸ਼ੁਰੂ ਆ ਗਿਆ, ਠੀਕ ਹੈ। ਤੇ ਉਹ ਜਿਹੜੀ ਫਿਰ ਜੇ ਮਜੀਠੀਆ ਦੀ ਅਰਜ਼ੀ ਸ਼ਿਫਟ ਕਰ ਲਈ ਜਾਂਦੀ ਆ, ਫਿਰ ਇਹ ਵੀ ਉਸੇ ਹੀ ਜਿਹੜੀ ਆ ਲੀ 'ਤੇ ਗੱਲ ਚੱਲਣੀ ਆ ਕਿ ਕਿਉਂਕਿ ਸਮੇਧ ਸੈਣੀ ਨੂੰ ਸਿਆਸੀ ਜਿਹੜਾ ਬਦਲਾਖੋਰੀ ਕਰਕੇ ਮਿਲ ਗਈ ਸੀ ਸਟੇ, ਇਸ ਕਰਕੇ ਉਸੇ ਰਾਹ ਤੇ ਮਜੀਠੀਆਂ ਨੂੰ ਵੀ ਮਿਲਣ ਦੀ ਆਸ ਆ ਜੀ। ਸੋ ਜਿਹੜੀ ਆਪਾਂ ਗੱਲ ਕਹੀਏ ਕਿ ਖੁੱਲ ਕਿਉਂ ਨਹੀਂ ਰਹੀ ਹੈਗੀ, ਕਿਉਂਕਿ ਪੰਜਾਬ ਸਰਕਾਰ ਕੋਲ ਪਈ ਆ, ਗੱਲ ਫਿਰ ਉੱਥੇ ਆ ਜਾਣੀ ਆ ਕਿ ਰਾਹ ਮਿਲਾ ਕੇ ਜਿਹੜਾ ਸੈਂਟਰ ਦਾ ਡੰਡਾ ਈਡੀ ਵਾਲਾ ਉਹ ਜਿਹੜਾ ਆ ਸਾਰਾ ਕੁਝ ਚੱਲਣ ਨਹੀਂ ਦੇ ਰਿਹਾ। ਪਰ ਆਪਾਂ ਇਹ ਗੱਲ ਕਰ ਲਈਏ ਕਿ ਤੁਹਾਡੇ ਕੱਲ੍ਹ ਇੱਕ ਨਵਾਂ ਬਿਆਨ ਆਇਆ, ਉਹਦੇ ਵਿੱਚ ਇਹ ਕਿਹਾ ਗਿਆ ਬੀਜੇਪੀ ਨੇ ਕੌਫਰ ਕੀਤੀ ਅਕਾਲੀਆਂ ਨੂੰ ਕਿ ਪਹਿਲਾਂ ਤੁਸੀਂ ਸਾਡੇ ਵੱਡੇ ਭਰਾ ਚੱਲਦੇ ਸੀਗੇ, ਹੁਣ ਤੁਸੀਂ ਛੋਟੇ ਭਰਾ ਬਣ ਕੇ ਆ ਜਾਓ, ਸਾਡਾ ਸਵਾਗਤ ਆ। ਸੋ ਇਹ ਜਿਹੜੇ ਇੱਕ ਹੋਰ ਵੱਡਾ ਇਸ਼ਾਰਾ ਆ ਕਿ ਜੇ ਛੋਟਾ ਭਰਾ ਬਣ ਕੇ ਜਾਂ ਵੱਡਾ ਭਰਾ ਬਣ ਕੇ ਜਾਂਦੇ ਆ ਤਾਂ ਰਿਪੋਰਟ ਖੋਲਣ ਤੇ ਬਿਲਕੁਲ ਜਿਹੜੀਆਂ ਬ੍ਰੇਕਾਂ ਆ ਉਹ ਲੱਗ ਸਕਦੀਆਂ। ਤੇ ਈਡੀ ਦੀ ਤੁਸੀਂ ਗੱਲ ਕੀਤੀ ਆ ਮਨਵੈਰ ਸਾਹਿਬ ਕਿ ਈਡੀ ਦੀ ਜਿਹੜੀ ਪਾਵਰ ਹੈਗੀ ਆ ਸੈਂਟਰ ਦੇ ਹੱਥ ਵਿੱਚ, ਈਡੀ ਦੇ ਡੰਡੇ ਤੋਂ ਸਾਰੇ ਡਰਦੇ ਨੇ, ਪਰ ਈਡੀ ਦਾ ਜਿਹੜਾ ਸਭ ਤੋਂ ਵੱਡਾ ਸ਼ਿਕੰਜਾ ਤਾਂ ਸੁਖਪਾਲ ਖਹਿਰਾ ਤੇ ਪਿਆ ਹੈਗਾ। ਸੁਖਪਾਲ ਖਹਿਰਾ ਉੱਚੀ ਉੱਚੀ ਬੋਲ ਕੇ ਚੀਖ ਚਲਾ ਕੇ ਪੂਰੇ ਦਾਅਵੇ ਨਾਲ ਕਹਿ ਰਿਹਾ ਕਿ ਮੈਂ ਬਿਲਕੁਲ ਬੇਕਸੂਰ ਹਾਂ, ਤੇ ਆਮ ਲੋਕ ਵੀ ਇਹੀ ਮੰਨਦੇ ਨੇ ਕਿ ਖਹਿਰੇ ਦੇ ਵਿੱਚ ਹੋਰ ਭਾਵੇਂ ਕਈ ਊਣਤਾਈਆਂ ਹੋ ਸਕਦੀਆਂ ਨੇ ਪਰ ਨਸ਼ਿਆਂ ਦਾ ਵਪਾਰ ਨਹੀਂ ਖਹਿਰਾ ਕਰ ਸਕਦਾ ਹੈਗਾ, ਪਰ ਗਾਜ ਤਾਂ ਖਹਿਰਾ ਤੇ ਡਿੱਗੀ ਹੈ ਜਿਹਦੇ ਕੋਲ ਪੰਜਾਬ 'ਚ ਇੰਨੀ ਪਾਵਰ ਵੀ ਹੈ ਨੀਗੀ, ਬਾਕੀਆਂ ਨੂੰ ਤਾਂ ਕੋਈ ਮਤਲਬ ਯਾਨੀ ਕਿ ਸੰਕੇਤ ਦਿੱਤੇ ਨੇ। ਮੈਨੂੰ ਇਹ ਲੱਗਦਾ ਕਿ 2 ਵੱਖ ਵੱਖ ਕੇਸ ਉਹਦੇ, ਹਾਂਜੀ, ਸਿਰਫ ਨਸ਼ੇ ਵਿੱਚ ਨਹੀਂ ਲਪੇਟਿਆ ਗਿਆ, ਉਹਨੂੰ ਵੱਡਾ ਜਿਹੜਾ ਉੱਤੇ ਜਿਹੜਾ ਇਲਜ਼ਾਮ ਹੈ ਉਹ ਮਨੀ ਲਾਂਡਰਿੰਗ ਦਾ ਕੇਸ ਹੈ। ਮਨੀ ਲਾਂਡਰਿੰਗ ਦਾ ਹੈ, ਬਟ ਉਹ ਤੋਂ ਵੀ ਉਹ ਮਨਾ ਕਰ ਰਹੇ ਨੇ, ਬਟ ਬਾਕੀ ਸੱਚਾਈ ਤਾਂ ਉਹੀ ਜਾਣਦੇ ਨੇ ਜੀ। ਪਰ ਇੱਕ ਗੱਲ ਆਪਾਂ ਇਹ ਗੱਲ ਮੰਨ ਲਵਾਂਗੇ ਕਿ ਕੋਈ ਵੀ ਨੇਤਾ ਹੋਵੇ ਜਿੰਨਾ ਮਰਜ਼ੀ ਸਾਫ਼ ਸੁਥਰਾ ਕਹਿ ਲਈਏ ਆਪਾਂ, ਜਿਹਨਾਂ ਨੂੰ ਆਪਾਂ ਜਿਹੜੀ ਜਨਤਾ ਆ ਉਹ ਉਹਨਾਂ ਦਾ ਬਹੁਤ ਅਕਸ ਮੰਨਦੀ ਆ ਕਿ ਬਹੁਤ ਸਾਫ਼ ਸੁਥਰੇ ਆ, ਪਰ ਜਿਹੜਾ ਕੁਝ ਜਦੋਂ ਲਪੇਟੇ 'ਚ ਆਉਂਦਾ ਆ ਤਾਂ ਬੜਾ ਕੁਝ ਨਿਕਲ ਆਉਂਦਾ। ਮੈਂ ਇੱਕ ਬੜੀ ਕਮਾਲ ਦੀ ਜਾਣਕਾਰੀ, ਸਾਨੂੰ ਸ਼ਾਇਦ ਹੈਰਾਨੀ ਹੋਊਗੀ, ਵੈਸੇ ਇਸ ਗੱਲ ਨਾਲ ਸੰਬੰਧ ਕੋਈ ਨਹੀਂ ਉਹਦਾ, ਆਪਾਂ ਸੋਨੂ ਸੂਦ ਬਾਰੇ ਕਿਹਾ ਜਾਂਦਾ ਕਿ ਉਹ ਬਹੁਤ ਹੀ ਲੋਕ ਭਲਾਈ ਦੇ ਕੰਮ ਕੀਤੇ ਆ, ਕੋਰੋਨਾ ਦੌਰਾਨ ਆਹ ਕਰਤਾ, ਹੁਣ ਬੜਾ ਕੁਝ ਕਰਤਾ ਜੀ ਜੀ। ਪਰ ਤੁਹਾਡੇ ਮੈਂ ਧਿਆਨ 'ਚ ਲੈ ਦਾਂ ਕਿ ਮੋਗੇ ਵਿੱਚ ਬੜਾ ਹੀ ਮਾਮਲਾ ਵਧਿਆ ਹੋਇਆ ਕਿ ਸੋਨੂ ਸੂਦ ਨੇ ਉੱਥੇ ਜਿਹੜੀਆਂ ਆ ਗੈਰ ਕਾਨੂੰਨੀ ਤੌਰ 'ਤੇ ਕਲੋਨੀਆਂ ਕੱਟੀਆਂ। ਅੱਛਾ, ਸੋ ਇਸ ਕਰਕੇ ਆਪਾਂ ਜਿੰਨਾ ਵੀ ਮਰਜ਼ੀ ਕਰ ਲਈਏ ਗੱਲ ਇਹ ਹੁੰਦੀ ਆ ਜੀ। ਅਗਲੀ ਗੱਲ ਮੈਂ ਤੁਹਾਨੂੰ ਇੱਕ ਹੋਰ ਕਰਨੀ ਚਾਹੁੰਦਾ ਸੀ ਜੀ, ਉਹ ਇਹ ਕਿ ਚਰਨਜੀਤ ਸਿੰਘ ਚੰਨੀ ਵੀ ਨਾ
ਅੱਗਾ ਦੌੜ ਤੇ ਪਿੱਛਾ ਚੌੜ ਵਾਲਾ ਕੰਮ ਚੱਲ ਰਿਹਾ। ਮਤਲਬ ਕਿਸੇ ਵੀ ਉਹਨਾਂ ਦੇ ਪੁਆਇੰਟ ਤੇ ਉਹਨਾਂ ਨੇ ਫਰਮ ਹੋ ਕੇ ਕੁਝ ਵੀ ਜਿਹੜਾ ਆਪਣਾ ਸਟੈਂਡ ਨਹੀਂ ਲਿਆ। ਮੈਂ ਤੁਹਾਨੂੰ ਇੰਟਰਸਟਿੰਗ ਗੱਲ ਦੱਸਦਾ, ਪਿਛਲੇ ਦਿਨੀ ਨਾ ਚਰਨ ਸਿੰਘ ਚੰਨੀ ਨੇ ਮੀਟਿੰਗਾਂ ਲਈਆਂ ਸੀ ਕੁਝ ਅਫਸਰਾਂ ਦੀਆਂ ਜੀ। ਉਸ ਮੀਟਿੰਗ ਵਿੱਚ ਉਹਨਾਂ ਨੇ ਜਦੋਂ ਮੀਟਿੰਗ ਬਾਅਦ ਦੁਪਹਿਰ ਲਈ ਤਾਂ ਉਹਨਾਂ ਨੇ ਕਿਹਾ ਕਿ ਆਹ ਫੈਸਲਾ ਆਪਾਂ ਹੁਣ ਲੈ ਲਿਆ, ਅਗਲਾ ਫੈਸਲਾ ਲੈਣ ਲਈ ਆਪਾਂ 10 ਵਜੇ ਮੀਟਿੰਗ ਰੱਖਾਂਗੇ ਜੀ। ਤਾਂ ਤੁਸੀਂ ਇਹ ਮੰਨਿਓ ਕਿ ਸਾਰੇ ਅਫਸਰਾਂ ਦੀ ਮੀਟਿੰਗ ਵਿੱਚ ਕੁਝ ਅਫਸਰਾਂ ਨੇ ਸ਼ਰਿਆਮ ਕਹਿ ਦਿੱਤਾ ਕਿ ਚੰਨੀ ਸਾਹਿਬ ਤੁਸੀਂ ਆਪ ਤਾਂ ਸੌਣਾ ਨਹੀਂ, ਸਾਨੂੰ ਤਾਂ ਸੌਣ ਲੈਂਦੋ, ਇਸ ਕਰਕੇ ਮੀਟਿੰਗ ਜਿਹੜੀ ਆ ਓਕੇ ਤੁਸੀਂ ਸਮੇਂ ਸਿਰ ਰੱਖਿਆ ਕਰੋ। ਅੱਛਾ, ਚੰਨੀ ਸਾਹਿਬ ਨੇ ਫਿਰ ਇਹ ਵੀ ਆਪ ਕਿਹਾ ਕਿ ਜਿਹੜਾ ਆ ਮੈਂ ਆਪ ਨਹੀਂ, ਮੇਰੀ ਨੀਂਦ ਪੂਰੀ ਹੋ ਰਹੀ, ਚਲੋ ਆਪਾਂ ਕੱਲ੍ਹ ਕਰ ਲਵਾਂਗੇ। ਇਹ ਜਿਹੜਾ ਸੰਕੇਤ ਹੈ ਨਾ ਜੀ, ਇਹ ਸੰਕੇਤ ਆ ਕਿ ਅਫਸਰ ਵੀ ਮਹਿਸੂਸ ਕਰਦੇ ਆ ਕਿ ਅੱਗਾ ਦੌੜ ਪਿੱਛਾ ਚੌੜ ਨੱਠ ਭੱਜ ਪਈ ਹੋਈ, ਐਲਾਨ ਕੀਤੇ ਜਾ ਰਹੇ ਆ, ਪਰ ਜਿਹੜਾ ਕਿਸੇ ਚੀਜ਼ ਤੇ ਦ੍ਰਿੜਤਾ ਨਾਲ ਜਿਹੜਾ ਪਹਿਰਾ ਆ ਜੀ ਉਹ ਨਹੀਂ ਦਿੱਤਾ ਜਾ ਰਿਹਾ। ਮੈਨੂੰ ਵੀ ਲੱਗਦਾ ਕਿ ਐਲਾਨ ਕਰਕੇ ਚੰਨੀ ਸਾਹਿਬ ਨਿਕਲ ਜਾਂਦੇ ਨੇ ਤੇ ਉਦੋਂ ਬਾਅਦ ਹਜੇ ਤਾਂ ਜਿਹੜਾ 35,000 ਦਾ ਜਿਹੜਾ ਪੱਕੇ ਕਰਨ ਦਾ ਐਲਾਨ ਕੀਤਾ ਨਾ ਉਹਦਾ ਕੁਛ ਬਣਿਆ, ਤੇ ਜਿਹੜੇ ਬੇਰੁਜ਼ਗਾਰ ਹੈਗੇ ਨੇ ਉਹ ਕੋਈ ਕੱਲ ਨੂੰ ਰੈਲੀ ਸ਼ੁਰੂ ਕਰ ਰਿਹਾ, ਕੱਲ ਨੂੰ ਪੱਕਾ ਧਰਨਾ ਸ਼ੁਰੂ ਕਰ ਰਿਹਾ, ਰੋਡਵੇਜ਼ ਵਾਲੇ ਵੀ ਕੱਲ ਨੂੰ ਸ਼ੁਰੂ ਕਰ ਰਹੇ ਨੇ, ਤੇ ਜਿਹੜੇ ਅਧਿਆਪਕਾਂ ਦੀਆਂ ਤੁਸੀਂ ਆਪਾਂ ਹੁਣੇ ਗੱਲ ਕਰ ਰਹੇ ਸੀ ਬਦਲੀਆਂ ਦਾ ਐਲਾਨ ਕੀਤਾ ਸੀ, ਉਹ ਤਾਂ ਉਹਨਾਂ ਨੇ ਸੀਐਮ ਬਣਨ ਵੇਲੇ ਕਰਤਾ ਸੀ, ਉਹਨੂੰ ਵੀ ਨਹੀਂ ਅਮਲੀ ਰੂਪ ਦਿੱਤਾ। ਮੈਂ ਮੀਟਿੰਗ ਦੀ ਹੋਰ ਗੱਲ ਸੁਣਾਉਂਦਾ, ਬੜੀ ਇੰਟਰਸਟਿੰਗ ਗੱਲ ਹੈ ਜਿਹੜੀ ਇਹ ਸਾਰੀ ਸਰਕਾਰ ਦੀ ਨਾ ਉਹ ਕਰਦੀ ਹੈ ਵੀ ਤੁਸੀਂ ਕੀ ਕਰ ਰਹੇ ਹੋ ਜੀ ਜੀ। ਮਤਲਬ ਜੇ ਸਰਕਾਰ ਦੇ ਉੱਚ ਅਫਸਰ ਹਾਂਜੀ ਜਿਨ੍ਹਾਂ ਨੇ ਫੈਸਲੇ ਲਾਗੂ ਕਰਨੇ ਆ ਉਹ ਮੀਟਿੰਗ ਵਿੱਚ ਕੁਛ ਕਹਿੰਦੇ ਆ, ਉਹਨਾਂ ਦੀ ਇੱਕ ਨਵੀਂ ਗੱਲ ਹੋਰ ਮੀਟਿੰਗ ਵਿੱਚ ਹੋਈ ਹਾਂਜੀ, ਜਦੋਂ ਮੀਟਿੰਗ ਵਿੱਚ ਗੱਲ ਚੱਲ ਰਹੀ ਸੀ ਨਾ ਕਿ ਇਹ ਫੈਸਲਾ ਕਰ ਲਿਆ ਫੈਸਲਾ ਕਰ ਲਈਏ ਫੈਸਲਾ ਕਰ ਲਈਏ ਹਾਂਜੀ, ਤਾਂ ਕੁਝ ਅਫਸਰਾਂ ਨੇ ਕਿਹਾ ਮਤਲਬ ਮਜ਼ਾਕ ਵਿੱਚ ਚਾਹੇ ਕਿਹਾ ਜੀ, ਚਾਹੇ ਉਹ ਸੀਐਮ ਚੰਨੀ ਤਾਂ ਗੱਲ ਪਹੁੰਚਾਈ ਗਈ ਆਪਣੇ ਵਿੱਚ ਗੱਲ ਕਰਕੇ ਹਾਂਜੀ, ਕਿ ਸੀਐਮ ਸਾਹਿਬ ਨੂੰ ਕਹੋ ਕਿ ਇੱਕ ਨਵਾਂ ਮਹਿਕਮਾ ਬਣਾ ਦਿੱਤਾ ਜਾਵੇ ਜਿਹੜਾ ਇਹ ਖਿਆਲ ਰੱਖੇ ਕਿ ਸੀਐਮ ਸਾਹਿਬ ਨੇ ਕਿੰਨੇ ਐਲਾਨ ਕੀਤੇ ਆ ਤੇ ਕਿੰਨੇ ਕੁ ਜਿਹੜੇ ਹਾਲੇ ਆਪਾਂ ਉਹ ਲਾਗੂ ਹੋ ਗਏ ਜਾਂ ਕੀ ਕਰਨਾ। ਮੈਨੂੰ ਇੰਨੇ ਕੁ ਐਲਾਨ ਹੋਈ ਜਾ ਰਹੇ ਆ ਕਿ ਅਫਸਰਾਂ ਨੂੰ ਵੀ ਉਹ ਮਹਿਕਮਾ ਚੇਤੇ ਕਰਾਇਆ ਕਰੇ ਕਿ ਸੀਐਮ ਸਾਹਿਬ ਨੇ ਕਿਹੜਾ ਐਲਾਨ ਕੀਤਾ ਸੀ ਤੇ ਉਹਦੇ ਕੰਮ ਕਦੋਂ ਕਰਨਾ ਕੀ ਕਰਨਾ। ਸੋ ਇਸ ਤਰ੍ਹਾਂ ਦੀ ਜਿਹੜੀ ਹਾਲਤ ਆ ਸਰਕਾਰ ਦੀ ਜਿਹੜੀ ਹੈ ਨਾ ਜੀ ਉਹ ਹੈ। ਜਿਵੇਂ ਆਪਾਂ ਰਿਪੋਰਟ ਦੇ ਨਾਲ ਆਪਾਂ ਫਿਰ ਗੱਲ ਕਰ ਲਈਏ, ਜਿਵੇਂ ਆਪਾਂ ਤੁਸੀਂ ਰੇਤੇ ਦੀ ਗੱਲ ਕੀਤੀ ਸੀਗੀ, ਜੇ ਆਪਾਂ ਉਹਦੇ ਬਾਰੇ ਵੀ ਗੱਲ ਕਰ ਲਈਏ, ਚੰਨੀ ਸਾਹਿਬ ਨੇ ਕਿਹਾ ਸੀ ਕਿ ਜਿਹੜਾ ਰੇਤ ਵਾਲਾ ਮੇਰੀ ਸਰਦਲ ਤੇ ਨਾ ਚੜੇ ਹਾਂਜੀ, ਜਾਂ ਉਹਨਾਂ ਦੇ ਦਿਨ ਪੁੱਗ ਗਏ ਬਿਲਕੁਲ। ਪਰ ਜੋ ਤਸਵੀਰ ਇੱਕ ਨਵੀਂ ਸਾਹਮਣੇ ਆਈ ਆ ਉਹਦੇ ਵਿੱਚ ਇਹ ਆ ਕਿ ਜਿਹੜਾ ਰੇਤ ਦਾ ਧੰਦਾ ਆ ਜੇ ਉਨੇ ਜ਼ੋਰਾਂ ਨਾਲ ਨਹੀਂ ਚੱਲ ਰਿਹਾ ਤਾਂ ਕਾਫੀ ਜਿਹੜਾ ਆ ਉਹ ਠੱਲ ਵੀ ਨਹੀਂ ਪਈ ਹੈਗੀ। ਇੱਕ ਨਵੀਂ ਰਿਪੋਰਟ ਆਈ ਆ ਜਿਹਦੇ ਵਿੱਚ ਇਹ ਕਿਹਾ ਗਿਆ ਕਿ 15 ਖੱਡਾਂ ਵਿੱਚੋਂ 9 ਖੱਡਾਂ ਤੇ ਅਜੇ ਤੱਕ ਸੀਸੀਟੀ ਕੈਮਰੇ ਨਹੀਂ ਲੱਗੇ ਹੈਗੇ। ਅੱਛਾ ਜੀ, ਔਰ ਬਿਆਨ ਇਦਾਂ ਦੇ ਉਹੀ ਜਿਹੜਾ ਆਪਾਂ ਫੇਰ ਉੱਤੇ ਗੱਲ ਆ ਜਾਂਦੀ ਵੀ 1 ਨਵੰਬਰ ਨੂੰ ਜਿਹੜਾ ਕਿਹਾ ਸੀ ਵੀ 1 ਨਵੰਬਰ ਤੋਂ ਪੰਜਾਬ ਦੇ ਵਿੱਚ ਪਤਾ ਨਹੀਂ ਸਾਰਾ ਮਾਫੀਆ ਹੀ ਖਤਮ ਹੋ ਜਾਊਗਾ, ਨਸ਼ਾ ਤਸਕਰਾਂ ਦੇ ਉੱਤੇ ਨੱਥ ਪਾਈ ਜਾਊਗੀ, ਤੇ ਕਾਂ ਟੰਗਣ ਦੀ ਗੱਲ ਕੀਤੀ ਸੀ ਚੰਨੀ ਸਾਹਿਬ ਨੇ, ਤਾਂ ਉਹੀ ਤੁਹਾਡੀ ਗੱਲ ਵਾਰੀ ਵਾਰੀ ਆ ਜਾਂਦੀ ਹੈ ਅੱਗਾ ਦੌੜ ਪਿੱਛਾ ਚੌੜ। ਫਿਰ ਨਾ ਜੀ ਹੋਰ ਇਹ ਕਿਹਾ ਸੀਗਾ ਕਿ ਸ਼ਾਮ 7:30 ਤੋਂ ਲੈ ਕੇ ਸਵੇਰੇ 5 ਵਜੇ ਤੱਕ ਟਿੱਪਰ ਨਹੀਂ ਚੱਲਣਗੇ। ਚੰਨੀ ਸਾਹਿਬ ਦੇ ਆਪਣੇ ਹਲਕੇ 'ਚ ਟਿੱਪਰ ਚੱਲ ਰਹੇ ਆ। ਫਿਰ ਜਿਹੜੇ ਤੁਹਾਨੂੰ ਹੋਰ ਇੱਕ ਦੱਸਣਾ ਕਿ ਇਹਨਾਂ ਨੇ ਈਡੀ ਐਨਫੋਰਸਮੈਂਟ ਡਾਇਰੈਕਟੋਰੇਟ ਬਣਾਇਆ ਸੀ ਰੇਤਾ ਰੋਕਣ ਲਈ, ਉਹਦੇ ਜਿਹੜੇ ਹੈੱਡ ਆ ਜਿਹੜਾ ADGP ਹੁੰਦੇ ਆ RN ਡੋਕੇ, ਉਹਨਾਂ ਨੇ ਇਹ ਮੰਨ ਲਿਆ ਕਿ CCTV ਲਾਉਣ ਜਿਹੜਾ ਕੈਮਰੇ ਲਾਉਣ ਦਾ ਕੰਮ ਆ ਉਹ ਚੱਲ ਰਿਹਾ। ਅੱਛਾ, ਸੋ ਜਿਵੇਂ ਤੁਸੀਂ ਫਿਰ ਗੱਲ ਕਰ ਲਈ ਸੀ ਅਧਿਆਪਕਾਂ ਵਾਲੀ ਜਿਹੜੀ ਆ ਕਿ ਬਦਲੀਆਂ ਉਹਨਾਂ ਨੇ ਕਿਹਾ ਸੀ ਅਸੀਂ ਕਰ ਦਾਂਗੇ ਨੇੜੇ ਲਿਆਵਾਂਗੇ, ਉਹ ਸਾਰਾ ਕੁਝ ਜਿਹੜਾ ਆ ਨਾ ਜੀ ਉਹ ਐਲਾਨ ਤੇ ਐਲਾਨ ਹੋ ਕੇ ਅੱਗੇ ਤੋਂ ਅੱਗੇ ਵਧਿਆ ਜਾ ਰਿਹਾ। ਪਰ ਜਿਹੜੀ ਸਭ ਤੋਂ ਵੱਡੀ ਗੱਲ ਜਿਹੜੀ ਆ ਨਾ ਜੀ, ਜਿਸ ਗੱਲ ਨੂੰ ਲੈ ਕੇ ਕਾਂਗਰਸ ਪਾਵਰ ਵਿੱਚ ਆਈ ਸੀਗੀ ਉਹ ਵਧੇਰੇ ਨਸ਼ਿਆਂ ਦਾ ਬਿਲਕੁਲ, ਉਹ ਸੀਗਾ ਰੇਪ ਦਾ ਮਾਮਲਾ ਜਾਂ ਫਿਰ ਬੇਅਦਬੀ ਦਾ, ਤਿੰਨੇ ਮਾਮਲੇ ਜਿਹੜੇ ਆ ਨਾ ਜੀ ਬਿਲਕੁਲ ਇਹ ਦੱਬੇ ਪਏ ਆ। ਚੌਥਾ ਮਾਮਲਾ ਜਿਹੜਾ ਆ ਉਹ ਕਰਜ਼ਾ ਮੁਆਫੀ ਦਾ ਆ, ਕਰਜ਼ਾ ਮੁਆਫੀ ਵੱਲ ਵੀ ਜਿਹੜੀਆਂ ਕਿਸਾਨਾਂ ਨੇ ਮੰਗਾਂ ਜਦੋਂ ਮੀਟਿੰਗਾਂ ਹੋਈਆਂ ਤਾਂ ਉਹ ਗੱਲ ਤੇ ਗੌਰ ਤਾਂ ਕਰ ਲਿਆ ਗਿਆ, ਪਰ ਜੇ ਆਪਾਂ ਕਹੀਏ ਉੱਥੇ ਕੁਝ ਹੋਇਆ ਹੋਇਆ ਕੁਝ ਨਹੀਂ ਹੋਇਆ ਕੁਝ ਨਹੀਂ। 18 ਨੁਕਤੇ ਸੀ ਉਹਨਾਂ ਵਿੱਚੋਂ ਮੇਨ ਜਿਹੜਾ ਮੁੱਖ ਨੁਕਤਾ ਸੀ ਕਿਸਾਨੀ ਕਰਜ਼ੇ ਮਾਫ਼ ਕਰਨ ਦਾ, ਕਿ ਹਰ ਕਿਸਾਨ ਦਾ ਸਾਰਾ ਕਰਜ਼ਾ ਪੰਜਾਬ ਦੇ ਵਿੱਚ ਮਾਫ਼, ਉਹ ਵੀ ਲਟਕ ਕੇ ਰਹਿ ਗਿਆ ਹੋਇਆ ਹੈ। ਹੁਣ ਸਾਢੇ 4 ਕੀ 5 ਸਾਲ ਨੇ ਜਿਹੜੇ ਉਹ ਲੰਘਣ ਵਾਲੇ ਨੇ, ਅਤੇ ਇੱਕ ਜਿਹੜਾ ਬਣਵਾਇਆ ਸਾਹਿਬ ਘਰ ਘਰ ਰੁਜ਼ਗਾਰ ਦਾ, ਉਹ ਵੀ ਵਾਅਦਾ ਵਾਰੀ ਵਾਰੀ ਯਾਦ ਕਰਾਉਣਾ ਪੈਂਦਾ ਸਰਕਾਰ ਨੂੰ, ਕਿਉਂਕਿ ਘਰ ਘਰ ਰੁਜ਼ਗਾਰ ਦੇ ਵਾਅਦੇ ਵਿੱਚੋਂ ਮੈਨੂੰ ਲੱਗਦਾ ਸੇਰ ਵਿੱਚੋਂ ਪੂਣੀ ਵੀ ਨਹੀਂ ਕੱਤੀ ਗਈ, ਇਹ ਆਪਾਂ ਕਹਿ ਸਕਦੇ ਹੈਗੇ ਹਾਂ। ਸੋ ਜਿਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁੰਦੇ ਸੀ, ਉਹਨਾਂ ਨੇ ਵੀ ਬੜੇ ਵੱਡੇ ਵੱਡੇ ਵਾਅਦੇ ਦਾਅਵੇ ਕੀਤੇ ਸੀ, ਸਾਰੀ ਕਾਂਗਰਸ ਪਾਰਟੀ ਨੇ ਕੀਤੇ ਸੀ, ਉਹਨਾਂ ਦਾ ਵੀ ਕੱਖ ਨਹੀਂ ਬਣਿਆ। ਹਾਲਾਂਕਿ ਕੈਪਟਨ ਸਾਹਿਬ ਇਹ ਦਾਅਵਾ ਕਰਦੇ ਰਹੇ ਨੇ ਕਿ 85% ਵਾਅਦੇ ਮੈਂ ਪੂਰੇ ਕਰ ਦਿੱਤੇ ਨੇ। ਉਸ ਤੋਂ ਬਾਅਦ ਇਹ ਜਿਹੜੀ ਨਵੀਂ ਕੈਬਨਿਟ ਬਣੀ ਸੀ ਇਹ ਇਸੇ ਦਾਅਵੇ 'ਤੇ ਬਣੀ ਸੀ ਕਿ ਕੈਪਟਨ ਸਾਹਿਬ ਨੇ ਕੋਈ ਕੰਮ ਨਹੀਂ ਕੀਤਾ, ਹੁਣ ਅਸੀਂ ਕਰਾਂਗੇ, ਅਤੇ ਇੱਥੇ ਵੀ ਐਲਾਨ ਬਿਆਨ ਬਹੁਤ ਜਿਹੜੇ ਜਾਰੀ ਹੋ ਰਹੇ ਨੇ, ਪਰ ਗਰਾਊਂਡ ਲੈਵਲ 'ਤੇ ਕੰਮ ਹੈ ਜਿਹੜਾ ਉਹ ਨਹੀਂ ਹੋ ਰਿਹਾ। ਕੀ ਲੱਗਦਾ ਬਨਵਾਇਆ ਸਾਹਿਬ, ਜੇ ਮੰਨ ਲਓ 100% ਐਲਾਨ ਨੇ ਜਿਹੜੇ
ਚੰਨੀ ਸਾਹਿਬ ਦੇ, ਉਹਨਾਂ ਵਿੱਚੋਂ ਕਿੰਨੇ ਕੁ ਫੀਸਦੀ ਹੋ ਰਹੇ ਨੇ ਪੂਰੇ? ਦੇਖੋ ਵਿਆਹ ਤਾਂ ਕੱਲ੍ਹ ਇੱਕ ਹੋਰ ਕਰ ਗਿਆ ਜੀ, ਉਹ ਕਹਿੰਦੇ ਮੈਂ ਆਹ ਮਾਫ਼ੀ ਨੂੰ ਹੱਥ ਪਾ ਲਿਆ, ਹੁਣ ਮੈਂ ਕੇਵਲ ਮਾਫ਼ੀ ਨੂੰ ਹੱਥ ਪਾਊਂਗਾ। ਸੋ ਹੁਣ ਕੇਵਲ ਮਾਫ਼ੀ ਦਾ ਜਿਹੜਾ ਅੱਗੇ ਇਹ ਨਵਾਂ ਆ ਗਿਆ। ਬਿਲਕੁਲ ਬਿਲਕੁਲ ਹਾਂ, ਸੋ ਕੇਵਲ ਮਾਫ਼ੀਆ, ਰੇਤ ਮਾਫ਼ੀਆ, ਟਰਾਂਸਪੋਰਟ ਮਾਫ਼ੀਆ ਤੇ ਮੈਨੂੰ ਲੱਗਦਾ ਥੋੜਾ ਬਹੁਤ ਕੰਮ ਹੈ ਜਿਹੜਾ ਉਹ ਚੱਲ ਰਿਹਾ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਉਹ ਲੱਗੇ ਹੋਏ ਨੇ ਆਪਦੀ ਚਾਲ ਦੇ ਵਿੱਚ, ਤੇ ਆਪਦੀਆਂ ਰਿਪੋਰਟ ਹੈ ਜਿਹੜੀ ਉਹ ਵੀ ਉਹ ਲੋਕਾਂ ਨੂੰ ਦੇ ਰਹੇ ਹੈਗੇ ਨੇ, ਤੇ ਬਾਕੀ ਜਿਹੜੇ ਮਹਿਕਮੇ ਹੈਗੇ ਨੇ ਉਹਨਾਂ ਦੇ ਵਿੱਚ ਕੰਮ ਆਪਾਂ ਕਹਿ ਸਕਦੇ ਹਾਂ ਕਿ ਕੰਮ ਜਿਹੜਾ ਰੇਤ ਮਾਫ਼ੀਆ ਹੈ ਚਾਹੇ ਟਰਾਂਸਪੋਰਟ ਮਾਫ਼ੀਆ, ਉਹ ਮੁੱਖ ਮੰਤਰੀ ਜੀ ਦੇ ਆਲੇ ਦੁਆਲੇ ਘੁੰਮਦਾ ਰਹਿੰਦਾ ਹੈ, ਚੱਲ ਰਹੇ ਨੇ। ਆਸ ਕਰਦੇ ਹਾਂ ਵੀ ਇੰਨੇ ਕੁ ਟਾਈਮ ਦੇ ਵਿੱਚ ਜੇ ਕੰਮ ਹੋ ਜੇ ਤਾਂ ਵੀ ਚੰਗੀ ਗੱਲ ਹੈ, ਅਸੀਂ ਵੀ ਚੰਗੀ ਖਬਰ ਦਿਖਾਉਣ ਜੋਗੇ ਹੋ ਜਾਵਾਂਗੇ, ਨਹੀਂ ਤਾਂ ਸਾਨੂੰ ਵੀ ਜਿਹੜਾ ਹੈਗਾ ਸਰਕਾਰ ਦਾ ਕ੍ਰਿਟੀਸਾਈਜ਼ ਹੈ ਜਿਹੜਾ ਉਹ ਕਰਨਾ ਹੀ ਪੈਂਦਾ, ਕਿਉਂਕਿ ਕਰਨ ਨੂੰ ਹੋਰ ਕੁਛ ਦਿਖਦਾ ਨਹੀਂ ਹੈਗਾ। ਜੇ ਚੰਗੀ ਇਹ ਗੱਲਾਂ ਗਰਾਊਂਡ ਲੈਵਲ 'ਤੇ ਹੋਣ ਤਾਂ ਅਸੀਂ ਜ਼ਰੂਰ ਉਹ ਖਬਰਾਂ ਜਿਹੜੀਆਂ ਨੇ ਦਿਖਾਈਏ, ਸਰਕਾਰ ਦੀ ਪ੍ਰਸ਼ੰਸਾ ਕਰੀਏ, ਪਰ ਸਾਨੂੰ ਸਾਡੀ ਅੱਖ ਨੂੰ ਸਾਡੇ ਕੈਮਰੇ ਨੂੰ ਕੁਛ ਦੀਂਦਾ ਨਹੀਂ ਹੈਗਾ ਕਿ ਕੁਛ ਹੁੰਦਾ ਪਿਆ ਹੈ। ਸੋ ਬਨਵੈਰ ਸਾਹਿਬ ਤੁਹਾਡਾ ਬਹੁਤ ਧੰਨਵਾਦ, ਅਤੇ ਕੱਲ੍ਹ ਨੂੰ ਖਾਲਸ ਚਰਚਾ ਦੇ ਵਿੱਚ ਇੱਕ ਨਵੇਂ ਮੁੱਦੇ ਦੇ ਨਾਲ ਤੁਹਾਨੂੰ ਮਿਲਾਂਗੇ। ਤੁਸੀਂ ਖਬਰਾਂ ਸੁਣਦੇ ਰਹੋ ਅਤੇ ਜਿਹੜਾ ਹੈਗਾ ਸਰਕਾਰ ਨੂੰ ਵਾਚਦੇ ਰਹੋ ਕਿ ਸਰਕਾਰ ਕਰ ਕੀ ਰਹੀ ਹੈ। ਕੱਲ੍ਹ ਨੂੰ ਫਿਰ ਮਿਲਾਂਗੇ, ਬਹੁਤ ਬਹੁਤ ਧੰਨਵਾਦ ਜੀ, ਸਤਿ ਸ਼੍ਰੀ ਅਕਾਲ।